ਸਾਡੇ ਕੋਲ ਅੱਜ ਸਰਦਾਰ ਸੁਖਦੇਵ ਸਿੰਘ ਆਪਣੇ ਦੁਬਈ ਤੋਂ ਇਹਨਾਂ ਦਾ ਅਸੀਂ 2 ਸਾਲ ਪਹਿਲੇ ਮਿੰਨੀ ਗੈਸਟ੍ਰਿਕ ਬਾਈਪਾਸ ਸਰਜਰੀ ਕੀਤਾ ਸੀ ਅਤੇ ਆਈ ਥਿੰਕ ਤੁਹਾਡਾ ਉਹਦਾ ਭਾਰ ਹੈ 119 ਕਿਲੋ ਸੀ ਅੱਜ 85 ਕਿਲੋ ਭਾਰ ਹੈ ਤਕਰੀਬਨ 34-35 ਕਿਲੋ ਭਾਰ ਤੁਸੀਂ ਘਟਾਇਆ ਕਿੱਦਾਂ ਤੁਹਾਡਾ ਸਫ਼ਰ ਯਾਰ ਮੈਂ ਆਪਣੇ ਦੇਖਣ ਨੂੰ ਦੱਸਦਾ ਵੀ ਇਹ ਦੁਬਈ ਦੇ ਵਿੱਚ ਇਹਨਾਂ ਦੀ ਮਾਝਾ ਟਰਾਂਸਪੋਰਟ ਕਾਫ਼ੀ ਮਸ਼ਹੂਰ ਹੈ ਉਹਦੇ ਆਪ ਓਨਰ ਹੈ ਦੁਬਈ ਅਤੇ ਸ਼ਾਰਜਾ ਵੀ ਤੁਹਾਡੀ ਟਰਾਂਸਪੋਰਟ ਚੱਲਦੀ ਹੈ ਅਤੇ ਇੱਥੇ ਤੁਸੀਂ ਪਿੱਛੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਕਿੱਦਾਂ ਤੁਹਾਨੂੰ ਲੱਗਿਆ ਤੁਹਾਡਾ ਸਫ਼ਰ ਵੇਟ ਲੋਸ ਦਾ ਸਾਡੇ ਹਸਪਤਾਲ ਵਿੱਚ ਕੀ ਤੁਸੀਂ ਆਪਣੇ ਕੁਛ ਬਹੁਤ ਵਧੀਆ ਮੈਂ ਤਾਂ ਕਹਿਣਾ ਚਾਹੁੰਦਾ ਹਰ ਇੱਕ ਨੂੰ ਰਿਕੁਐਸਟ ਕਰਨੀ ਚਾਹੁੰਦਾ ਕਿ ਹਰ ਕੋਈ ਬੰਦਾ ਜਿਹਦਾ ਵੀ ਵੇਟ ਜ਼ਿਆਦਾ ਜ਼ਰੂਰ ਕਰਵਾਵੇ ਔਰ ਦੂਜੀ ਗੱਲ ਹੈ ਕਿ ਮੈਨੂੰ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਸੀ ਸ਼ੂਗਰ ਸੀ ਬੀ ਪੀ ਮੇਰਾ ਹਾਈ ਰਹਿੰਦਾ ਸੀ ਬੀ ਪੀ ਮੇਰਾ 160 ਤੋਂ ਬਹੁਤ ਘੱਟ ਹੀ ਥੱਲੇ ਜਾਂਦਾ ਜਿਹਦੇ 160 ਤੱਕ ਨੋਰਮਲੀ ਸੀ ਔਰ ਉਹਦੇ ਬਾਅਦ ਰਾਤ ਨੂੰ ਜਦੋਂ ਸੋਨਾ ਸੀ ਤਾਂ ਦੂਜੇ ਰੂਮ ਤੱਕ ਵੀ ਮੇਰੇ ਆਵਾਜ਼ ਜਿਹੜੀ ਆਉਂਦੀ ਹੁੰਦੀ ਸੀ ਖਰਾਟਿਆਂ ਦੀ ਅਤੇ ਮੈਂ ਬਿਲਕੁਲ ਇੰਨਾ ਕੁ ਸੁਖੀ ਹਾਂ ਕਿ ਕੁਝ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਕੋਈ ਰਸਤੇ 'ਚ ਬੰਦਾ ਜਾਂਦਾ ਉਹਨੂੰ ਰੋਕ ਕੇ ਕਹਿੰਦਾ ਕਿ ਡਾਕਟਰ ਸਾਹਿਬ ਕੋਲ ਜਾਓ ਮਿਲੋ ਔਰ ਤੁਹਾਡੇ ਸਟਾਫ ਦਾ ਔਰ ਬਹੁਤ ਬਹੁਤ ਮੈਂ ਤਾਂ ਦਿਲੋਂ ਥੈਂਕ ਯੂ ਕਰਨਾ ਚਾਹੁੰਦਾ ਕਿ ਬਹੁਤ ਅੱਛਾ ਸਟਾਫ ਤੁਹਾਡਾ ਅੱਛਾ ਹੈ ਔਰ ਤੁਹਾਡਾ ਨੇਚਰ 'ਤੇ ਕੁਝ ਕਹਿਣ ਵਾਲੀ ਗੱਲ ਹੀ ਨਹੀਂ ਹੈਗੀ ਬਹੁਤ ਹੀ ਅੱਛਾ ਹੈ ਔਰ ਮੈਂ ਇਹ ਕਰਵਾ ਕੇ ਸਮਝੋ ਕਿ 10-20 ਸਾਲ 30 ਸਾਲ ਮੇਰੀ ਉਮਰ ਵੱਧ ਗਈ ਹੈ ਜਿਹੜਾ ਮੈਨੂੰ ਫੀਲ ਹੁੰਦਾ ਹੈ ਔਰ ਮੈਨੂੰ ਕੋਈ ਅਜੇ ਤੱਕ ਪ੍ਰੋਬਲਮ ਨਹੀਂ ਹੈਗੀ ਖਾਣ ਪੀਣ 'ਚ ਵੀ ਹਰ ਤਰ੍ਹਾਂ ਦੇ ਮੈਂ ਚਿਕਨ ਮਟਨ ਜੋ ਵੀ ਹੈ ਸਾਰਾ ਕੁਝ ਖਾਂਦਾ ਕੋਈ ਗੱਲ ਨਹੀਂ ਤੁਹਾਡੇ ਨਾਲ ਅਸੀਂ ਹੋਰ ਤੁਹਾਡੇ 4-5 ਦੋਸਤ ਸੀ ਤੁਸੀਂ ਨਾਲ ਇਕੱਠੇ ਕੁਝ ਕਰਾਇਆ ਸੀ ਉਹਨਾਂ ਬਾਰੇ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਹਾਂਜੀ ਹਾਂਜੀ ਬਿਲਕੁਲ ਉਹਨਾਂ ਦਾ ਕੀ ਹਾਲ ਚਾਲ ਸਾਰਿਆਂ ਦਾ ਬਿਲਕੁਲ ਸਾਰੇ ਦੀਨਾਨਗਰ ਵਾਲੇ ਆ ਦੂਜੇ ਜਿਹੜੇ ਗੜ ਸ਼ੰਕਰ ਤੋਂ ਆਏ ਉਹਨਾਂ ਨੇ ਆਪਣੇ ਬੇਟੇ ਦਾ ਵੀ ਕਰਵਾਇਆ ਜਿਹੜਾ ਆਸਟ੍ਰੇਲੀਆ 'ਚ ਟੈਕਸੀ ਚਲਾ ਰਿਹਾ ਹੈ ਉਹ ਵੀ ਬਿਲਕੁਲ ਠੀਕ ਸਾਹਿਬ ਬਿਲਕੁਲ ਹੀ ਮਤਲਬ ਬਹੁਤ ਹੀ ਵਧੀਆ ਅਤੇ ਮੈਂ ਤਾਂ ਮੇਰਾ ਬਿਲਕੁਲ ਫਿੱਟ ਹੈ ਤੁਹਾਡੇ ਸਾਹਮਣੇ ਵੇਖ ਲਓ ਪੁਰਾਣੀ ਮੇਰੀ ਪਿਕਚਰ ਕੋਈ ਪਛਾਣੇਗਾ ਨਹੀਂ ਅਗਲਾਇਆ ਤੁਸੀਂ ਕਿਸੇ ਨੂੰ ਵਿਖਾਓਗੇ ਤਾਂ ਮੰਨਣਗੇ ਨਹੀਂ ਕਿ ਇਹ ਬੰਦਾ ਉਹ ਹੈ ਠੀਕ ਹੈ ਅੱਜ ਤੁਹਾਡੇ ਮਦਰ ਵੀ ਆਏ ਆਪਰੇਸ਼ਨ ਕਰਾਉਣ ਵਾਸਤੇ ਜੀ ਮਦਰ ਉਹਨਾਂ ਨੂੰ ਬਸ ਚੈੱਕਅਪ ਕਰਾਉਣ ਵਾਸਤੇ ਆਏ ਜੇ ਅਤੇ ਫਿਰ ਉਹ ਵੀ ਮਹੀਨੇ ਤੱਕ ਸ਼ਾਇਦ ਅਸੀਂ ਕਰਵਾਏ ਜੀ ਉਹਨਾਂ ਦਾ ਠੀਕ ਹੈ ਅਤੇ ਜੇ ਸਾਨੂੰ ਤੁਹਾਡੇ ਕੋਲ ਕੋਈ ਦਵਾਈ ਦਾ ਜਾਂ ਇੱਥੋਂ ਦਾ ਪੇਸ਼ੈਂਟ ਨੂੰ ਕਾਲ ਕਰਕੇ ਤੁਹਾਨੂੰ ਪੁੱਛਣਾ ਚਾਹੀਏ ਜਾਣਕਾਰੀ ਲੈਣੀ ਚਾਹੀਏ ਮਿਲ ਸਕਦਾ ਜਦੋਂ ਵੀ ਤੁਸੀਂ ਆਪਣਾ ਨੰਬਰ ਦੱਸ ਦਿਓ ਪਹਿਲਾਂ ਮੈਂ ਨਹੀਂ ਸੀ ਦੱਸਦਾ ਕਿਸੇ ਨੂੰ ਮੈਂ ਨਾ ਦੱਸਣਾ ਹੀ ਚਾਹੁੰਦਾ ਸੀ ਹੁਣ ਮੈਂ ਸਾਰਿਆਂ ਨੂੰ ਆਪਣੀ ਦੱਸ ਦਿੱਤਾ ਜੀ 6 ਮਹੀਨੇ ਤੋਂ ਮੈਂ ਤਕਰੀਬਨ ਸਾਰਿਆਂ ਨੂੰ ਆਪ ਦੱਸਦਾ ਕਿ ਮੈਂ ਕਰਵਾਇਆ ਜੀ ਇਹਨਾਂ ਕੋਲ ਜੰਮੂ ਹਸਪੀਟਲ ਜਾਓ ਉੱਥੇ ਇੱਕ ਵਾਰ ਡਾਕਟਰ ਸਾਹਿਬ ਨਾਲ ਮੀਟਿੰਗ ਤੁਸੀਂ ਆਪਣਾ ਕੰਟੈਕਟ ਨੰਬਰ ਬੋਲ ਦਿਓ ਹਾਂਜੀ ਮੇਰਾ ਉੱਥੇ ਦਾ ਹੈਗਾ ਜੀ 0050-480-5567 ਪ੍ਰਿੰਟ ਦਵਾਈ ਦਾ ਨੰਬਰ ਹਾਂਜੀ ਦਵਾਈ ਦਾ ਨੰਬਰ ਹੈ ਚਲੋ ਜੇ ਸਾਡਾ ਕੋਈ ਪੇਸ਼ੈਂਟ ਕੋਈ ਸਾਡੇ ਆਫਿਸ ਆ ਕੇ ਬੇਸ਼ੱਕ ਜਦੋਂ ਵੀ ਮਰਜ਼ੀ ਮਿਲ ਸਕਦਾ ਜਦੋਂ ਮਰਜ਼ੀ ਐਨੀ ਟਾਈਮ ਜੇ ਮੈਨੂੰ ਵੀ ਬੁਲਾਉਣ 100-200 ਕਿਲੋਮੀਟਰ ਤੱਕ ਮੈਂ ਵੀ ਜਾ ਕੇ ਉਹਨਾਂ ਨੂੰ ਮਸ਼ਵਰਾ ਦੇ ਸਕਦਾ ਕੋਈ ਨਹੀਂ ਆ ਸਕਦਾ ਤਾਂ ਮੈਂ ਉੱਥੇ ਜਾ ਕੇ ਵੀ ਜ਼ਰੂਰ ਦੱਸਾਂਗਾ ਬਿਲਕੁਲ ਬਹੁਤ ਵਧੀਆ ਤੁਸੀਂ ਪਹਿਲੀ ਵਾਰੀ ਜਦੋਂ ਮਿਲੇ ਸੀ ਤੁਹਾਨੂੰ ਕਿਵੇਂ ਯਕੀਨ ਆ ਗਿਆ ਵੀ ਤੁਸੀਂ ਇੱਥੋਂ ਪਰ ਬੜਾ ਡਰ ਲੱਗਦਾ ਸੀ ਸੱਚੀ ਤਾਂ ਦੱਸੇ ਮੈਨੂੰ ਬਹੁਤ ਡਰ ਲੱਗਦਾ ਸੀ ਪਰ ਮੈਂ ਉਹ ਇੱਕ ਮੁੰਡੇ ਨੂੰ ਵੇਖ ਕੇ ਜਿਹੜਾ ਉਹ ਆਪਣੇ ਬੇਟੇ ਦਾ ਕਰਵਾਉਣ ਵਾਸਤੇ ਆਇਆ ਸੀ ਅਤੇ ਤੁਸੀਂ ਉਹਨੂੰ ਸਾਫ਼ ਮਨਾ ਕਰਤਾ ਕਿ ਨਹੀਂ ਇਹ 2 ਸਾਲ ਵੇਟ ਕਰੋ ਇਹਦੀ ਏਜ ਬਹੁਤ ਘੱਟ ਹੈ 18 ਤੋਂ ਵੀ ਘੱਟ ਸੀ ਮੇਰੇ ਖਿਆਲ ਅੱਜ ਮੈਂ ਉਹਦੀ ਪਿਕਚਰ ਵੇਖ ਰਿਹਾ ਸੀ ਟੀ ਵੀ ਦੇ ਵਿੱਚ ਚੱਲਦੀ ਵੀ ਹੋਣੀ ਉਹਦੀ ਹੈ ਅਤੇ ਤੁਸੀਂ ਜਦੋਂ ਕਿਹਾ ਤਾਂ ਸਾਡੇ ਮਨ ਦੇ ਕਿ ਇੱਦਾਂ ਦਾ ਹੋਇਆ ਕਿ ਡਾਕਟਰ ਸਾਹਿਬ ਬਿਲਕੁਲ ਲਾਲਚੀ ਨਹੀਂ ਹੈਗੇ ਅਗਰ ਦੂਜਾ ਕੋਈ ਡਾਕਟਰ ਹੁੰਦਾ ਨੇ ਕਹਿੰਦਾ ਠੀਕ ਹੈ ਜੀ ਕਰ ਦਿਓ ਤੁਹਾਨੂੰ ਉਹਨਾਂ ਰਿਕੁਐਸਟ ਕਰ ਰਿਹਾ ਸੀ ਫਾਦਰ ਉਹਦਾ ਕਿ ਆਪਰੇਸ਼ਨ ਕਰਨਾ ਤੁਸੀਂ ਕਿਹਾ ਨਹੀਂ 2 ਸਾਲ ਇਹਨੂੰ ਅਜੇ ਵੇਖੋ ਅਤੇ ਉਹਦੇ ਬਾਅਦ ਅਗਰ ਨਹੀਂ ਵਧਿਆ ਮਤਲਬ ਕੰਟਰੋਲ ਨਹੀਂ ਹੋਇਆ ਤਾਂ ਫਿਰ ਤੁਸੀਂ ਕਰਵਾ ਲਿਓ ਲੇਕਿਨ ਉਸ ਦਿਨ ਤੋਂ ਹੀ ਸਾਡੇ ਮਨ 'ਚ ਇਹੀ ਗੱਲ ਬੈਠੀ ਕਿ ਬਿਲਕੁਲ ਇਹ ਡਾਕਟਰ ਸਾਹਿਬ ਜਿਹੜੇ ਆ ਇਹਨਾਂ ਨੂੰ ਕੋਈ ਪੈਸੇ ਨਾਲ ਲਾਲਚ ਨਹੀਂ ਹੈਗਾ ਔਰ ਬਿਲਕੁਲ ਜੈਨੂਅਨ ਬੰਦੇ ਸਾਨੂੰ ਬਹੁਤ ਹੀ ਵਿਸ਼ਵਾਸ ਹੋਇਆ ਅਤੇ ਫਿਰ ਅਸੀਂ ਫਿਰ ਫਟਾਫਟ ਵੇਖਿਆ ਨਹੀਂ ਲੇਕਿਨ ਮੈਂ ਤਾਂ ਕਿਸੇ ਨੂੰ ਦੱਸਿਆ ਨਹੀਂ ਘਰ ਨਹੀਂ ਦੱਸਿਆ ਤੁਹਾਡੇ ਸਿਰ 'ਤੇ ਹੀ ਸੀ ਚਲੋ ਏਦਾਂ ਤੁਸੀਂ ਲੋਕਾਂ ਨੂੰ ਹੋਰ ਜਾਗਰੂਕਤਾ ਕਰਦੇ ਰਹੇ ਪਰ ਦੱਸਦੇ ਰਹੇ ਫਾਇਦੇ ਕੀ ਆਪਰੇਸ਼ਨ ਦੇ ਤੁਹਾਡੇ ਬਾਰੇ ਤੁਹਾਡੀ ਇੱਕ ਬਣਾ ਕੇ ਉਹਨਾਂ ਨੂੰ ਦਿੱਤਾ ਅਰਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਤੁਹਾਡੇ ਕਾਰਡ ਵਿਜ਼ਿਟਿੰਗ ਕਾਰਡ ਸਾਰਿਆਂ ਨੂੰ ਦਿੱਤੇ ਦੁਬਈ ਦੇ ਵਿੱਚ ਸ਼ਹਿਰ ਦੇ ਵਿੱਚ ਚਲੋ ਜਲਦੀ ਅਸੀਂ ਤੁਹਾਡੇ ਕੋਲ ਆਵਾਂਗੇ ਸੈਮੀਨਾਰ ਕਰਦੇ ਹਾਂ ਦੁਬਈ ਦੇ ਵਿੱਚ ਜਦੋਂ ਮਰਜ਼ੀ ਆਵਾਂ ਥੈਂਕ ਯੂ ਜੀ